ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਦੋਸਤੋ, ਇੱਕ ਹੋਰ ਵੀਡੀਓ ਜਿਹੜੀ ਤੁਹਾਡੇ ਲਈ ਲੈ ਕੇ ਅਸੀਂ ਚੈਨਲ ਦੇ ਉੱਪਰ ਆ ਰਹੇ ਹਾਂ। ਅੱਜ ਗੱਲ ਕਰਾਂਗੇ ਪੰਜਾਬ ਪੁਲਿਸ ਦੀ, ਜਦੋਂ ਟ੍ਰੇਨਿੰਗ ਹੁੰਦੀ ਆ ਪੰਜਾਬ ਪੁਲਿਸ ਕੋਂਸਟੇਬਲ ਦੀ, ਤਾਂ ਜਿਹੜੀਆਂ ਇਨਡੋਰ ਦੀਆਂ ਕਲਾਸਾਂ ਨੇ ਉੱਥੇ ਤੁਹਾਨੂੰ ਕਿਹੜੇ ਕਿਹੜੇ ਸਬਜੈਕਟ ਆ ਜਿਹੜੇ ਪੜ੍ਹਾਏ ਜਾਂਦੇ ਹੈਗੇ, ਠੀਕ ਹੈ ਜੀ। ਵੀਡੀਓ ਨੂੰ ਸਕਿੱਪ ਕੀਤੇ ਬਿਨਾਂ ਲਾਸਟ ਤੱਕ ਦੇਖਣਾ। ਸਾਰੇ ਸਬਜੈਕਟਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਉਹਨਾਂ ਦਾ ਸਿਲੇਬਸ ਹੁੰਦਾ ਹੈਗਾ, ਠੀਕ ਹੈ, ਉਹਨਾਂ ਦੇ ਵਿੱਚ ਕੀ ਕੁਛ ਹੁੰਦਾ ਹੈਗਾ, ਕੀ ਤੁਹਾਨੂੰ ਉੱਥੇ ਪੜ੍ਹਾਇਆ ਜਾਂਦਾ ਹੈਗਾ, ਠੀਕ ਹੈ, ਕਿੰਨੇ ਤੁਹਾਡੇ ਪੀਰੀਅਡ ਲੱਗਦੇ ਹੈਗੇ, ਕਦੋਂ ਤੁਹਾਨੂੰ ਜਿਹੜੀ ਹੈਗੀ ਬ੍ਰੇਕ ਹੋਣੀ ਹੈਗੀ, ਸਾਰਾ ਕੁਛ, ਮਟੀਰੀਅਲ ਕੀ ਹੁੰਦਾ, ਸਾਰਾ ਕੁਛ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੀ ਹੈ, ਦੋ ਸਮੈਸਟਰ ਹੋਣੇ ਹੈਗੇ, ਦੋ ਸਮੈਸਟਰਾਂ ਵਿੱਚ ਤੁਹਾਡੇ ਜਿਹੜੇ ਪੇਪਰ ਹੋਣੇ ਹੈਗੇ ਇਨਡੋਰ ਕਲਾਸ ਦੇ। ਜਿਹੜਾ ਪਹਿਲਾ ਫੇਸ ਹੈ, ਪਹਿਲਾ ਸਮੈਸਟਰ, ਉਹਦੇ ਵਿੱਚ ਕਿਹੜੇ ਕਿਹੜੇ ਸਬਜੈਕਟ ਨੇ, ਉਹਦੇ ਵਿੱਚ ਟੋਟਲ ਜਿਹੜੇ 5 ਸਬਜੈਕਟ ਹੋਣਗੇ, ਠੀਕ ਹੈ ਜੀ। ਸਭ ਤੋਂ ਜਿਹੜਾ ਪਹਿਲਾ ਸਬਜੈਕਟ ਹੋਣਾ ਉਹ ਹੋਣਾ ਪੁਲਿਸ ਇਨ ਮਾਡਰਨ ਇੰਡੀਆ, ਠੀਕ ਹੈ, ਆਧੁਨਿਕ ਭਾਰਤ ਦੀ ਜਿਹੜੀ ਪੁਲਿਸ ਹੈਗੀ, ਠੀਕ ਹੈ, ਪਹਿਲਾ ਸਬਜੈਕਟ ਇਹ ਹੋਣਾ ਹੈਗਾ। ਸੋ ਦੂਸਰਾ ਹੋਣਾ ਹੈਗਾ ਪੁਲਿਸ ਔਰਗਨਾਈਜੇਸ਼ਨ ਐਂਡ ਐਡਮਿਨਿਸਟ੍ਰੇਸ਼ਨ, ਠੀਕ ਹੈ, ਪੁਲਿਸ ਸੰਗਠਨ ਅਤੇ ਪ੍ਰਸ਼ਾਸਨ। ਤੀਸਰਾ ਹੁਣ ਆਪਣਾ ਪੰਜਾਬ ਪੁਲਿਸ ਰੂਲਸ, ਠੀਕ ਹੈ, ਐਂਡ ਪੰਜਾਬ ਪੁਲਿਸ ਐਕਟ, ਇਹ ਸਬਜੈਕਟ ਹੋ ਗਿਆ। ਅਤੇ ਚੌਥਾ ਜਿਹੜਾ ਸਬਜੈਕਟ ਹੋਣਾ ਆਪਣਾ ਕੋਨਸਟੀਟਿਊਸ਼ਨ ਐਂਡ ਹਿਊਮਨ ਰਾਈਟ, ਸੰਵਿਧਾਨ ਅਤੇ ਮਨੁੱਖੀ ਅਧਿਕਾਰ। ਅਤੇ ਜਿਹੜਾ ਪੰਜਵਾਂ ਅਤੇ ਸਭ ਤੋਂ ਲਾਸਟ ਸਬਜੈਕਟ ਹੈਗਾ ਉਹ ਹੋਣਾ ਹੈਗਾ ਆਪਣਾ ਹਿਊਮਨ ਬਿਹੇਵੀਅਰ, ਕ੍ਰਿਮੀਨੋਲੋਜੀ ਐਂਡ ਸਟ੍ਰੈਸ ਮੈਨੇਜਮੈਂਟ, ਮਨੁੱਖੀ ਵਿਵਹਾਰ, ਅਪਰਾਧਿਕ ਵਿਗਿਆਨ ਅਤੇ ਤਣਾਓ ਪ੍ਰਬੰਧਨ। ਜਿਹੜੇ ਇਹ ਆਪਣੇ ਪਹਿਲੇ 5 ਸਬਜੈਕਟ ਹੈ, ਇਹਨਾਂ ਦੇ ਵਿੱਚ ਕੀ ਹੁੰਦਾ ਹੈਗਾ, ਇਹਦੇ ਵਿੱਚ ਸਿਰਫ ਰਿਲੇਸ਼ਨ ਹੁੰਦਾ ਵੀ ਪੁਲਿਸ ਦੇ, ਜਿਹੜੀ ਮੰਨ ਲਓ ਜਿਹੜਾ ਪਹਿਲਾ ਸਬਜੈਕਟ ਹੈਗਾ, ਠੀਕ ਹੈ, ਆਧੁਨਿਕ ਭਾਰਤ ਜਿਹੜੀ ਪੁਲਿਸ, ਕਹੀ ਜਿਹੀ ਪੁਲਿਸ ਹੈਗੀ, ਠੀਕ ਹੈ, ਅਤੇ ਉਹਦੇ ਜਿਹੜੀ ਪਬਲਿਕ ਆ ਉਹਦੇ ਨਾਲ ਕਹੇ ਜਿਹੇ ਜਿਹੜੇ ਸੰਬੰਧ ਹੈਗੇ, ਠੀਕ ਹੈ ਜੀ। ਆਧੁਨਿਕ ਭਾਰਤ ਦੀ ਪੁਲਿਸ ਸਾਰਾ ਕੁਝ ਦੱਸਿਆ ਵੀ ਆਧੁਨਿਕ ਭਾਰਤ ਦੀ ਪੁਲਿਸ ਕੋਲ ਕਿੱਦਾਂ ਦੇ ਵੈਪਨ ਹੈਗੇ, ਠੀਕ ਹੈ, ਕਹੀ ਜਿਹੀ ਪੁਲਿਸ ਹੈਗੀ, ਠੀਕ ਹੈ, ਜਿਹੜੀ ਉਹਦੇ ਬਾਰੇ ਦੱਸਿਆ। ਜਿਹੜਾ ਦੂਸਰਾ ਸਬਜੈਕਟ ਹੈਗਾ ਪੁਲਿਸ ਸੰਗਠਨ ਅਤੇ ਪ੍ਰਸ਼ਾਸਨ, ਇਹਦੇ ਵਿੱਚ ਦੱਸਿਆ ਹੈਗਾ ਵੀ ਪੁਲਿਸ ਦੇ ਵਿੱਚ ਕੀ ਕੁਛ ਹੁੰਦਾ ਹੈਗਾ, ਕਿਹੜੀਆਂ ਫੋਰਸਾਂ ਹੁੰਦੀਆਂ ਨੇ, ਆਰਮਡ ਪੁਲਿਸ ਕਿਹੜੀ ਹੁੰਦੀ ਹੈ, ਕਮਾਂਡੋ ਪੁਲਿਸ, ਬਟਾਲੀਅਨ, ਠੀਕ ਹੈ, ਪੁਲਿਸ ਮਹਿਕਮੇ ਵਿੱਚ ਕਿਹੜੀਆਂ ਕਿਹੜੀਆਂ ਬ੍ਰਾਂਚਾਂ ਹੁੰਦੀਆਂ ਨੇ, ਅੱਗੇ ਕਿਹੜੇ ਕਿਹੜੇ ਦਫ਼ਤਰ ਹੁੰਦੇ ਨੇ, ਠੀਕ ਹੈ, ਇਹ ਸਾਰਾ ਕੁਛ ਹੈ ਜਿਹੜਾ ਇਹਦੇ ਵਿੱਚ ਦੱਸਿਆ ਗਿਆ। ਜਿਹੜਾ ਪੰਜਾਬ ਪੁਲਿਸ ਰੂਲ ਹੈ ਅਤੇ ਪੰਜਾਬ ਪੁਲਿਸ ਐਕਟ ਹੈਗਾ, ਠੀਕ ਹੈ ਜੀ। ਸੋ ਇਹਦੇ ਵਿੱਚ ਕੀ ਹੈਗਾ, ਪੁਲਿਸ ਦੇ ਲਈ ਰੂਲ ਆ ਕੁਛ ਬਣਾਏ ਗਏ, ਉਹਨਾਂ ਦੇ ਬਾਰੇ ਗੱਲ ਕੀਤੀ ਹੈਗੀ, ਠੀਕ ਹੈ, ਐਕਟ ਬਣਾਏ ਹੋਏ ਹੈਗੇ, ਠੀਕ ਹੈ, ਕੁਛ ਉਹਨਾਂ ਇਹਨਾਂ ਚੀਜ਼ਾਂ ਦੇ ਬਾਰੇ ਜਿਹੜਾ ਇਸ ਸਬਜੈਕਟ ਦੇ ਵਿੱਚ ਦੱਸਿਆ ਗਿਆ ਹੈਗਾ। ਅੱਗੇ ਆ ਗਿਆ ਆਪਣਾ ਸੰਵਿਧਾਨ ਅਤੇ ਮਨੁੱਖੀ ਅਧਿਕਾਰ, ਚੌਥਾ ਜਿਹੜਾ ਸਬਜੈਕਟ ਹੈਗਾ, ਇਹਦੇ ਵਿੱਚ ਆਪਣਾ ਕੋਨਸਟੀਟਿਊਸ਼ਨ ਦੇ ਬਾਰੇ ਹੁੰਦਾ ਹੈਗਾ, ਕੋਨਸਟੀਟਿਊਸ਼ਨ ਦੇ ਬਾਰੇ ਦੱਸਿਆ ਵੀ ਕਿਹੜੇ ਕਿਹੜੇ ਆਪਣੇ ਜਿਹੜੇ, ਠੀਕ ਹੈ, ਅਧਿਕਾਰ ਨੇ, ਕੀ ਹੈ, ਫੰਡਾਮੈਂਟਲ ਰਾਈਟ ਨੇ, ਹਿਊਮਨ ਰਾਈਟ ਦੇ ਬਾਰੇ, ਇਹਨਾਂ ਚੀਜ਼ਾਂ ਦੇ ਬਾਰੇ ਕੀ ਹੈ ਇਸ ਸਬਜੈਕਟਾਂ ਦੇ ਬਾਰੇ ਦੱਸਿਆ ਹੋਇਆ, ਠੀਕ ਹੈ ਜੀ। ਪੰਜਵਾਂ ਜਿਹੜਾ ਸਬਜੈਕਟ ਆਪਣਾ ਮਨੁੱਖੀ ਵਿਵਹਾਰ ਅਤੇ ਤਣਾਓ ਪ੍ਰਬੰਧਨ, ਇਹਦੇ ਵਿੱਚ ਹਿਊਮਨ ਬਿਹੇਵੀਅਰ ਦੇ ਬਾਰੇ ਗੱਲ ਕੀਤੀ ਗਈ ਹੈ ਵੀ ਕਿਸ ਤਰ੍ਹਾਂ ਜਿਹੜਾ ਹਿਊਮਨ ਦਾ ਬਿਹੇਵੀਅਰ ਹੁੰਦਾ ਹੈਗਾ, ਠੀਕ ਹੈ, ਵੀ ਇੱਛਾ ਨਾਲ ਕਦੋਂ ਕੰਮ ਕਰਦਾ ਉਹ, ਜ਼ੋਰ ਜ਼ਬਰਦਸਤੀ ਨਾਲ ਕਦੋਂ, ਠੀਕ ਹੈ, ਤਜਰਬੇ ਨਾਲ ਕਦੋਂ, ਠੀਕ ਹੈ, ਉਹਦੀ ਫੈਸਲਾ ਲੈਣ ਦੀ ਸ਼ਕਤੀ, ਜਾਂ ਇਸ ਦੇ ਵਿੱਚ ਬੱਚਿਆਂ ਬਾਰੇ ਵੀ ਬਾਲ ਅਪਰਾਧ ਕਰਦੇ ਬੱਚੇ ਕੀ ਕਾਰਨ ਹੁੰਦੇ ਉਹਨਾਂ ਦੇ, ਠੀਕ ਹੈ ਜੀ, ਸਮਾਜਿਕ ਕਾਰਨ, ਆਰਥਿਕ ਕਾਰਨ, ਸਟ੍ਰੈਸ ਮੈਨੇਜਮੈਂਟ, ਤਣਾਓ ਦੀ ਕੀ ਡੈਫੀਨੇਸ਼ਨ ਹੈਗੀ, ਠੀਕ ਹੈ, ਉਹਨੂੰ ਕਿੱਦਾਂ ਦੂਰ ਕੀਤਾ ਜਾ ਸਕਦਾ, ਕਿਹੜੀਆਂ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਕੀ ਹੈਗਾ ਜਿਹੜੀ ਇਹਦੇ ਵਿੱਚ ਗੱਲਬਾਤ ਕੀਤੀ ਗਈ। ਸੋ ਜਿਹੜੇ ਇਹ 5 ਸਬਜੈਕਟ ਸੀ ਆਪਣੇ, ਠੀਕ ਹੈ ਜੀ, ਇਹ ਪਹਿਲੇ ਸਮੈਸਟਰ ਦੇ ਵਿੱਚ ਇਹਨਾਂ 5 ਦੇ ਤੁਹਾਡੇ ਜਿਹੜੇ ਪੇਪਰ ਉਹ ਹੋਣੇਗੇ, ਅਤੇ ਇਹਨਾਂ ਦੇ ਵਿੱਚ ਕੀ ਕੁਛ ਹੁੰਦਾ ਤੁਹਾਨੂੰ ਦੱਸ ਦਿੱਤਾ। ਇਹ ਜਿਹੜੇ ਸਿੰਪਲ ਹੁੰਦਾ, ਬਿਲਕੁਲ ਨੋਰਮਲੀ ਹੁੰਦੇ ਨੇ, ਠੀਕ ਹੈ ਜੀ, ਤੁਸੀਂ ਆਸਾਨੀ ਨਾਲ ਪੇਪਰ ਜਿਹੜਾ ਇਹ ਪਾਸ ਕਰ ਸਕਦੇ ਹੋ, ਇਹਦੇ ਵਿੱਚ ਵੀ ਕੋਈ ਜ਼ਿਆਦਾ ਨਹੀਂ, ਠੀਕ ਹੈ, ਰਿਲੇਸ਼ਨ ਵਾਰੀ ਹੁੰਦੀ ਹੈ ਗੱਲ, ਠੀਕ ਹੈ, ਜਾਂ ਵੀ ਕਿੱਦਾਂ ਕਿਹੜੀ ਚੀਜ਼ਾਂ ਨੂੰ ਮੈਨੇਜ ਕਰਨਾ ਹੈਗਾ, ਕੋਈ ਵੱਡੀ ਗੱਲ ਨਹੀਂ ਹੁੰਦੀ ਇਹ, ਤੁਸੀਂ ਆਸਾਨੀ ਨਾਲ ਪੜ੍ਹ ਕੇ ਕਿ ਇਹਨੂੰ ਇੱਕ ਵਾਰ ਪੜ੍ਹ ਕੇ ਤੁਸੀਂ ਪੇਪਰ ਜਿਹੜਾ ਇਹ ਆਸਾਨੀ ਨਾਲ ਲਿਖ ਸਕਦੇ ਹੋ, ਆਪਣੇ ਕੋਲੋਂ ਲਿਖ ਸਕਦੇ ਹੋ ਇਹਦੇ ਵਿੱਚ, ਠੀਕ ਹੈ ਜੀ।
ਅਤੇ ਜੇ ਆਪਾਂ ਗੱਲ ਕਰੀਏ ਜਿਹੜਾ ਦੂਸਰਾ ਸਮੈਸਟਰ ਉਹਦੇ ਵਿੱਚ ਆਪਣੇ ਕਿਹੜੇ ਕਿਹੜੇ ਪੇਪਰ ਹੁੰਦੇ ਹੈਗੇ, ਠੀਕ ਹੈ। ਉਹਦੇ ਵਿੱਚ ਆ ਗਿਆ ਆਪਣਾ ਮੇਨ ਆ ਗਿਆ IPC ਇੰਡੀਅਨ ਪੀਨਲ ਕੋਡ, ਜਿਹਨੂੰ ਕੀ ਹੈ ਹੁਣ ਚੇਂਜ ਕਰ ਦਿੱਤਾ ਗਿਆ ਹੈਗਾ, ਠੀਕ ਹੈ, ਜਿਹਨੂੰ ਕਿ ਹੁਣ ਕੀ ਹੈ ਭਾਰਤੀ ਨਿਆਂ ਸੰਹਿਤਾ ਦਾ ਨਾਮ ਦਿੱਤਾ ਗਿਆ ਹੈਗਾ, ਠੀਕ ਹੈ। ਇਹ ਸਬਜੈਕਟ ਹੋ ਗਿਆ ਤੁਹਾਡਾ, ਇਹ ਹੁਣ ਮੇਨ ਸਬਜੈਕਟ ਹੈ ਜਿਹੜੇ ਤੁਹਾਡੇ ਦੂਸਰੇ ਸਮੈਸਟਰ ਦੇ ਵਿੱਚ ਸ਼ੁਰੂ ਹੋਣੇ, ਇਹ ਮੇਨ ਸਬਜੈਕਟ ਨੇ ਤੁਹਾਡੇ, ਠੀਕ ਹੈ। CRPC ਹੋ ਗਿਆ ਕ੍ਰਿਮੀਨਲ ਪ੍ਰੋਸੀਜਰ, ਠੀਕ ਹੈ ਜੀ, ਅਤੇ ਲੋਕਲ ਐਂਡ ਸਪੈਸ਼ਲ ਲਾਅ ਹੋਗਾ ਜਿਹੜਾ ਤੁਹਾਡਾ, ਠੀਕ ਹੈ। ਇਹ ਤਿੰਨੇ ਨੇ ਜਿਹੜੇ ਤੁਹਾਡੇ ਸਭ ਤੋਂ ਮੇਨ ਸਬਜੈਕਟ ਨੇ, ਠੀਕ ਹੈ। ਇਹ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਤਿੰਨੇ ਜ਼ਿਆਦਾ ਕੰਮ ਆਉਂਦੇ ਹੈਗੇ, ਠੀਕ ਹੈ ਜੀ, ਕਿਉਂਕਿ ਜਦੋਂ ਜ਼ਿਲ੍ਹਿਆਂ ਦੇ ਵਿੱਚ ਕ੍ਰਾਈਮ ਹੁੰਦੇ ਆ ਤਾਂ ਜਿਹੜੀਆਂ ਸੈਕਸ਼ਨਾਂ ਨੇ, ਜਿਹੜੀਆਂ ਧਾਰਾਵਾਂ ਨੇ, ਠੀਕ ਹੈ, ਇਹਨਾਂ ਦੇ ਵਿੱਚ ਹੀ ਦੱਸੀਆਂ ਹੋਈਆਂ ਨੇ। ਇਹ ਤੁਸੀਂ ਕੀ ਧਿਆਨ ਨਾਲ ਕਰਨੇ ਹੈਗੇ ਜਿਹੜੇ ਸਬਜੈਕਟ ਹੈਗੇ, ਇਹਨਾਂ ਦੇ ਵਿੱਚ ਹੀ ਤੁਹਾਨੂੰ ਪਤਾ ਲੱਗਣਾ ਹੈਗਾ ਵੀ, ਠੀਕ ਹੈ, ਜ਼ਿਲ੍ਹਿਆਂ ਦੇ ਵਿੱਚ ਕਿੱਦਾਂ ਕੰਮ ਹੁੰਦੇ ਹੈਗੇ, ਕਿਹੜੀਆਂ ਕਿਹੜੀਆਂ ਸੈਕਸ਼ਨਾਂ ਲੱਗਦੀਆਂ ਨੇ। ਸੋ ਜਿਹੜੀ IPC ਆਪਣੀ ਭਾਰਤੀ ਨਿਆਂ ਸੰਹਿਤਾ, ਇਹਦੇ ਵਿੱਚ ਕੀ ਹੈਗਾ ਜਿਹੜੀਆਂ ਸੈਕਸ਼ਨਾਂ ਨੇ ਉਹਦੀਆਂ ਸਜ਼ਾਵਾਂ ਦਿੱਤੀਆਂ ਹੋਈਆਂ ਨੇ, ਠੀਕ ਹੈ, ਵੀ ਕਿਸੇ ਨੇ ਕੋਈ ਕ੍ਰਾਈਮ ਕੀਤਾ, ਕੋਈ ਅਪਰਾਧ ਕੀਤਾ, ਉਹਦੀ ਕਿੰਨੀ ਸਜ਼ਾ ਹੋਣੀ ਹੈਗੀ, ਠੀਕ ਹੈ। ਇਹ ਸਾਰਾ ਕੁਝ ਇਹਦੇ ਵਿੱਚ ਦੱਸਿਆ ਹੋਇਆ। ਜਿਹੜਾ ਆਪਣਾ CRPC ਹੈ, ਕ੍ਰਿਮੀਨਲ ਕੋਡ ਓਫ ਪ੍ਰੋਸੀਜਰ ਹੈ ਜਿਹੜਾ, ਠੀਕ ਹੈ, ਇਹਦੇ ਵਿੱਚ ਕੀ ਹੈਗਾ ਪ੍ਰੋਸੀਜਰ ਲਿਖਿਆ ਹੋਇਆ ਵੀ ਪ੍ਰੋਸੀਜਰ ਕੀ ਹੋਣਾ ਹੈਗਾ, ਠੀਕ ਹੈ। ਪ੍ਰੋਸੀਜਰ ਇਹਦੇ ਵਿੱਚ ਲਿਖਿਆ ਹੋਇਆ ਅਤੇ ਸਜ਼ਾਵਾਂ ਨੇ ਜਿਹੜੀਆਂ ਕੀ ਨੇ ਆਪਣੀ ਭਾਰਤੀ ਨਿਆਂ ਸੰਹਿਤਾ, ਜਿਹਨੂੰ ਕਿ ਹੁਣ ਆਪਣਾ IPC ਕਹਿੰਦਾ, ਉਹਦੇ ਵਿੱਚ ਦਿੱਤਾ ਹੋਇਆ। ਐਂਡ ਜਿਹੜਾ ਲੋਕਲ ਐਂਡ ਸਪੈਸ਼ਲ ਆ, ਉਹਦੇ ਵਿੱਚ ਜਿਹੜੇ ਸਪੈਸ਼ਲ ਐਕਟ ਬਣਾਏ ਹੁੰਦੇ, ਠੀਕ ਹੈ, ਜਿੱਦਾਂ ਅਸਲ ਐਕਟ ਹੋ ਗਿਆ, ਅਨੁਸੂਚਿਤ ਜਾਤੀਆਂ ਲਈ ਐਕਟ ਹੋ ਗਿਆ, ਨਸ਼ੀਲੀਆਂ ਦਵਾਈਆਂ ਦਾ ਐਕਟ, ਮੋਟਰ ਵਹੀਕਲ ਐਕਟ, ਠੀਕ ਹੈ, ਰਾਈਟ ਟੂ ਇਨਫੋਰਮੇਸ਼ਨ ਐਕਟ, ਇਹ ਸਾਰੇ ਐਕਟ ਆ ਜਿਹੜੇ ਇਹਦੇ ਵਿੱਚ ਆਉਂਦੇ ਹੈਗੇ। ਆਪਣਾ ਪੋਕਸੋ ਐਕਟ ਹੋ ਗਿਆ, ਠੀਕ ਹੈ, ਜਾਂ ਰਿਸ਼ਵਤ ਰੋਕੂ ਐਕਟ ਹੋ ਗਿਆ, ਲੋਕਲ ਐਂਡ ਸਪੈਸ਼ਲ ਆ, ਇਹਦੇ ਲਈ ਬਣਾਇਆ ਗਿਆ ਅਲੱਗ ਤੋਂ, ਠੀਕ ਹੈ, ਇਹਦੇ ਵਿੱਚ ਜਿਹੜੇ ਤੁਹਾਡੇ ਇਹ ਹੋਣੇ ਹੈਗੇ। ਅਤੇ ਅਗਲਾ ਜਿਹੜਾ ਸਬਜੈਕਟ ਉਹ ਹੈਗਾ ਜੀ ਆਪਣਾ ਪੁਲਿਸ ਪ੍ਰੈਕਟੀਕਲ ਵਰਕ, ਇਹਦੇ ਕੀ ਹੈਗਾ ਤਿੰਨ ਭਾਗ ਨੇ, PPW 1, 2 and 3, ਠੀਕ ਹੈ। ਜਿਹੜਾ ਪੁਲਿਸ ਪ੍ਰੈਕਟੀਕਲ 1 ਹੈ, ਇਹਦੇ ਵਿੱਚ ਕੀ ਹੈਗਾ ਜਿਹੜੇ ਕ੍ਰਾਈਮ ਹੁੰਦੇ ਉਹਨਾਂ ਨੂੰ ਰੋਕਣ ਦੇ ਬਾਰੇ ਦੱਸਿਆ ਗਿਆ ਹੈਗਾ, ਠੀਕ ਹੈ, ਜਾਂ ਪੁਲਿਸ ਸਟੇਸ਼ਨ ਦਾ ਜਿਹੜੀ ਮੈਨੇਜਮੈਂਟ ਹੈ ਉਹ ਕਿੱਦਾਂ ਦੀ ਹੈ, ਇਹ ਸਾਰਾ ਕੁਛ ਜਿਹੜਾ PPW 1 ਦੇ ਵਿੱਚ ਦੱਸਿਆ ਗਿਆ ਹੈਗਾ। ਜਿਹੜਾ ਪੁਲਿਸ ਪ੍ਰੈਕਟੀਕਲ ਵਰਕ 2 ਆਪਣਾ PPW 2 ਹੈ, ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਬਾਰੇ ਦੱਸਿਆ ਗਿਆ ਵੀ ਇਨਵੈਸਟੀਗੇਸ਼ਨ ਕਿੱਦਾਂ ਕਰਨੀ ਹੈ। ਇਸ ਤੋਂ ਇਲਾਵਾ ਇਹਦੇ ਵਿੱਚ ਥਾਣੇ ਦੇ ਵਿੱਚ ਕੀ ਕੀ ਡਿਊਟੀਆਂ ਹੁੰਦੀਆਂ ਨੇ, ਸੰਤਰੀ ਡਿਊਟੀ, ਗਾਰਡ ਡਿਊਟੀ ਕੀ ਹੈ, ਥਾਣੇ ਵਿੱਚ ਜੇ ਫੋਨ ਆਉਂਦਾ ਤੁਹਾਨੂੰ ਕੌਣ ਸੁਣੂਗਾ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਠੀਕ ਹੈ ਜੀ, ਇਹ ਸਾਰਾ ਕੁਛ ਕੀ ਇਹਦੇ ਵਿੱਚ ਜਿਹੜਾ ਦੱਸਿਆ ਗਿਆ ਹੈਗਾ। ਅਤੇ ਜਿਹੜਾ ਆਪਣਾ ਪੁਲਿਸ ਪ੍ਰੈਕਟੀਕਲ ਵਰਕ 3 ਹੈ, ਠੀਕ ਹੈ, ਇਹਦੇ ਵਿੱਚ ਆਪਣਾ ਸਿਕਿਉਰਟੀ ਲੈ ਕੇ, ਠੀਕ ਹੈ, ਟ੍ਰੈਫਿਕ ਨੂੰ ਲੈ ਕੇ ਜਾਂ ਕੋਈ ਆਫਤ ਪ੍ਰਬੰਧਨ ਜਿੱਦਾਂ ਕਿ, ਠੀਕ ਹੈ, ਕੋਈ ਭੂਚਾਲ ਆ ਗਿਆ, ਹੜ੍ਹ ਆ ਗਿਆ, ਇਹਨਾਂ ਨੂੰ ਰਿਲੇਟਡ, ਠੀਕ ਹੈ, ਦੱਸਿਆ ਗਿਆ ਹੈਗਾ। ਪਬਲਿਕ ਆਰਡਰ ਹੋ ਗਿਆ, ਸਿਕਿਉਰਟੀ, ਠੀਕ ਹੈ, ਇਹਨਾਂ ਚੀਜ਼ਾਂ ਬਾਰੇ ਜਿਹੜਾ ਇਸ ਦੇ ਵਿੱਚ ਦੱਸਿਆ ਗਿਆ। ਇਹਦੇ ਨਾਮ ਤੋਂ ਕਲੀਅਰ ਆ ਵੀ ਪ੍ਰੈਕਟੀਕਲ, ਜਿਹੜੀਆਂ ਪ੍ਰੈਕਟੀਕਲ ਚੀਜ਼ਾਂ ਹੁੰਦੀਆਂ ਨੇ, ਠੀਕ ਹੈ, ਉਹਨਾਂ ਦੇ ਬਾਰੇ ਦੱਸਿਆ ਗਿਆ ਵੀ ਇਹਨਾਂ ਨੂੰ ਕਿੱਦਾਂ ਮੈਨੇਜ ਕਰਨਾ ਹੈਗਾ। ਅਤੇ ਇਸ ਤੋਂ ਇਲਾਵਾ ਜਿਹੜਾ ਆਪਣਾ ਅਗਲਾ ਸਬਜੈਕਟ ਹੈਗਾ ਉਹ ਹੈਗਾ ਜੀ ਆਪਣਾ ਫੋਰੈਂਸਿਕ ਸਾਇੰਸ। ਫੋਰੈਂਸਿਕ ਸਾਇੰਸ ਤੋਂ ਤੁਸੀਂ ਕੀ ਸਮਝਦੋਗੇ, ਫੋਰੈਂਸਿਕ ਸਾਇੰਸ ਦਾ ਮਤਲਬ ਇਹ ਹੈ ਵੀ ਜਿੱਦਾਂ ਮੰਨ ਲਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ, ਜਿੱਦਾਂ ਤੁਸੀਂ ਫਿਲਮਾਂ ਦੇ ਵਿੱਚ ਜਾਂ ਤਾਂ ਕਿਤੇ ਵੀ ਦੇਖਦੇ ਹੋਗੇ, ਠੀਕ ਹੈ ਨਾ, ਜਿੱਦਾਂ ਕੋਈ ਮਰਡਰ ਵਗੈਰਾ ਹੋ ਜਾਂਦਾ ਹੈਗਾ, ਠੀਕ ਹੈ, ਤਾਂ ਉੱਥੋਂ ਜਿਹੜੇ ਵੀ ਸਬੂਤ ਮਿਲਦੇ ਆ, ਜਿਹੜਾ ਕੁਛ ਵੀ ਮਿਲਦਾ, ਤਾਂ ਉਹਨੂੰ ਜਿਹੜੀ ਫੋਰੈਂਸਿਕ ਦੀ ਲੈਬ ਹੈ ਉਹਦੇ ਵਿੱਚ ਉੱਥੇ ਭੇਜਿਆ ਜਾਂਦਾ ਹੈਗਾ, ਠੀਕ ਹੈ, ਉੱਥੇ ਉਹਨਾਂ ਦੇ ਟੈਸਟ ਵਗੈਰਾ ਕੀਤੇ ਜਾਂਦੇ ਹੈਗੇ, ਤਾਂ ਉਹ ਜਿਹੜੀ ਵੀ ਸੰਭਾਵਨਾ ਹੁੰਦੀ ਹੈ, ਹਰ ਇੱਕ ਸੰਭਾਵਨਾ ਉਹ ਦੱਸਦੇ ਹੈਗੇ, ਠੀਕ ਹੈ ਜੀ, ਵੀ ਕਿੰਨਾ, ਠੀਕ ਹੈ, ਜਾਂ ਵੀ ਇਹ ਚੀਜ਼ ਕਿੱਥੋਂ ਆਈ ਹੈ ਜਾਂ ਕਿੱਦਾਂ, ਠੀਕ ਹੈ, ਕਿੰਨੀ ਪੁਰਾਣੀ ਚੀਜ਼ ਹੈਗੀ ਫੋਰੈਂਸਿਕ ਸਾਇੰਸ ਦੇ ਵਿੱਚ, ਜਾਂ ਖੂਨ ਵਗੈਰਾ ਮਿਲਿਆ ਤਾਂ ਕੀਦਾ, ਇਹਨਾਂ ਚੀਜ਼ਾਂ ਦੇ ਬਾਰੇ ਜਿਹੜਾ ਕੀ ਹੈ ਤਾਂ ਉੱਥੇ ਫੋਰੈਂਸਿਕ ਲਾਈਵ ਉਹਦੇ ਵਿੱਚ ਜਿਹੜਾ ਦੱਸਿਆ ਜਾਂਦਾ। ਇਹਦੀਆਂ ਵੀ ਅੱਗੇ ਅੱਗੇ ਸ਼ਾਖਾਵਾਂ ਹੁੰਦੀਆਂ ਨੇ ਅੱਗੇ, ਠੀਕ ਹੈ, ਜਿਵੇਂ ਬਾਇਓਲੋਜੀ ਹੁੰਦੀ ਹੈ, ਇਹਦੇ ਵਿੱਚ ਸੈਰੋਲੋਜੀ ਹੁੰਦੀ ਹੈ, ਅਸਲਾ ਸ਼ਾਖਾ ਹੁੰਦੀ ਹੈ, ਇਹ ਸਾਰਾ ਕੁਝ ਫੋਰੈਂਸਿਕ ਦੇ ਵਿੱਚ ਹੁੰਦਾ ਹੈਗਾ, ਠੀਕ ਹੈ। ਕੈਮਿਸਟਰੀ ਵਿਗਿਆਨ ਹੁੰਦਾ, ਅਲੱਗ ਅਲੱਗ ਹੁੰਦਾ, ਵਿਸਫੋਟਿਕ ਸ਼ਾਖਾ ਹੁੰਦੀ ਹੈ, ਜ਼ਹਿਰ ਵਿਗਿਆਨ ਹੁੰਦਾ, ਜੇ ਮੰਨ ਲਓ ਕਿਸ ਤਰ੍ਹਾਂ ਦਾ ਕੋਈ ਵੀ, ਠੀਕ ਹੈ, ਪੋਇਜ਼ਨ ਮਿਲਿਆ ਤਾਂ ਉਹਦੇ ਬਾਰੇ, ਠੀਕ ਹੈ, ਫਿੰਗਰ ਪ੍ਰਿੰਟ ਹੋ ਗਿਆ, ਅਤੇ ਆਵਾਜ਼ ਦਾ ਵਿਸ਼ਲੇਸ਼ਣ ਕਰਨਾ ਹੈਗਾ ਵੀ, ਠੀਕ ਹੈ, ਆਵਾਜ਼ ਕਿਸ ਦੀ ਹੈਗੀ,
ਇਹ ਸਾਰਾ ਕੁਛ ਜਿਹੜਾ ਫੋਰੈਂਸਿਕ ਲੈਬ ਉਹਦੇ ਵਿੱਚ ਹੁੰਦਾ, ਝੂਠ ਫੜਨ ਵਾਲੀ ਸਾਖਾ ਜੇ ਕੋਈ ਝੂਠ ਬੋਲ ਰਿਹਾ ਹੈਗਾ, ਠੀਕ ਹੈ, ਮਸ਼ੀਨਾਂ ਹੁੰਦੀਆਂ ਉਹਨਾਂ ਕੋਲ, ਠੀਕ ਹੈ ਜੀ। ਇਹ ਕੀ ਹੋ ਗਿਆ ਆਪਣਾ ਫੋਰੈਂਸਿਕ ਸਾਇੰਸ। ਅਤੇ ਜਿਹੜਾ ਆਪਣਾ ਆਖਰੀ ਅਤੇ ਲਾਸਟ ਸਬਜੈਕਟ ਹੋ ਗਿਆ ਵੀ ਆਪਣਾ ਕੰਪਿਊਟਰ ਸਾਈਬਰ ਕ੍ਰਾਈਮ, ਠੀਕ ਹੈ ਜੀ। ਇਹਦੇ ਵਿੱਚ ਕੰਪਿਊਟਰ ਦੇ ਬਾਰੇ ਦੱਸਿਆ ਗਿਆ, ਠੀਕ ਹੈ। ਕੰਪਿਊਟਰ ਤੁਸੀਂ ਸਾਰੇ ਹੁਣ ਪੜ੍ਹ ਕੇ ਹੋਗੇ, ਉਹੀ ਕੁਛ ਹੁੰਦਾ ਕੰਪਿਊਟਰ ਵਾਲੇ ਦੇ ਵਿੱਚ। ਤੁਹਾਨੂੰ ਕੁਛ ਐਪ ਦੇ ਬਾਰੇ ਦੱਸਿਆ ਜਾਵੇਗਾ, ਜਾਣਕਾਰੀ ਦਿੱਤੀ ਜਾਵੇਗੀ, ਜਿਹੜੀਆਂ ਪੁਲਿਸ ਦੇ ਵਿੱਚ ਚੱਲਦੀਆਂ ਨੇ ਐਪ। ਸੋ ਕੰਪਿਊਟਰ ਦਾ ਜਿਹੜਾ ਸੇਮ ਹੀ ਹੁੰਦਾ ਹੈਗਾ, ਠੀਕ ਹੈ, MS ਵਰਡ, ਠੀਕ ਹੈ ਜੀ, ਪਾਵਰ ਪੁਆਇੰਟ, ਇੱਦਾਂ ਬਸ ਫੁੱਲ ਫੋਰਮਸ, ਇਹ ਸਾਰਾ ਕੁਛ ਹੁੰਦਾ ਕੰਪਿਊਟਰ ਦਾ। ਸੋ ਇਹ ਜਿਹੜੇ ਸਾਰੇ ਸਬਜੈਕਟ ਹੈਗੇ, ਠੀਕ ਹੈ, ਇਹ ਤੁਹਾਨੂੰ ਜਿਹੜੇ ਹੈਗੇ ਪੜ੍ਹਾਏ ਜਾਣਗੇ, ਦੋ ਸਮੈਸਟਰ ਦੇ ਵਿੱਚ ਪੜ੍ਹਾਏ ਜਾਣਗੇ, ਠੀਕ ਹੈ। ਅਤੇ ਇੱਕ ਮੇਨ ਸਬਜੈਕਟ ਹੋਰ ਹੈ ਆਪਣਾ, ਜਿਹੜਾ ਪਹਿਲੇ ਸਮੈਸਟਰ ਦੇ ਵਿੱਚ ਆਉਣਾ, ਜਿਹਦੇ ਬਾਰੇ ਆਪਾਂ ਗੱਲ ਕੀਤੀ ਸੀ ਨਾ, ਪੰਜਾਬ ਪੁਲਿਸ ਨਿਯਮਾਵਲੀ ਅਤੇ ਪੰਜਾਬ ਪੁਲਿਸ ਐਕਟ, PPR ਕਹਿ ਦਿੰਦੇ ਜਿਹਨੂੰ ਆਪਾਂ, ਠੀਕ ਹੈ। ਇਹ ਵੀ ਕੀ ਆਪਣਾ ਇੱਕ ਮੇਨ ਸਬਜੈਕਟ ਹੈਗਾ। ਇਹਦੇ ਵਿੱਚ ਕੀ ਹੁੰਦਾ ਹੈਗਾ, ਇਹਦੇ ਵਿੱਚ ਜਿਹੜਾ ਪੁਲਿਸ ਮਹਿਕਮਾ ਦਾ ਸਾਰਾ ਕੁਝ ਦੱਸਿਆ ਗਿਆ ਇਹਦੇ ਵਿੱਚ, ਐਮੂਨੀਸ਼ਨ ਬਾਰੇ, ਠੀਕ ਹੈ, ਅਸਲੇ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਹੈ, ਛੁੱਟੀਆਂ ਲਈ ਕੀ ਰੂਲ ਨੇ, ਠੀਕ ਹੈ, ਜਿਹੜੇ ਬੱਚੇ ਨਵੇਂ ਜੁਆਇਨ ਹੁੰਦੇ ਆ ਉਹਨਾਂ ਲਈ ਕੀ ਰੂਲ ਨੇ, ਪ੍ਰਮੋਸ਼ਨ ਕਿੱਦਾਂ ਹੋਣੀ ਹੈਗੀ, ਠੀਕ ਹੈ, ਜਿਹੜੇ ਇਨਾਮ ਆ ਉਹ ਕਿੱਦਾਂ ਮਿਲਣੇ, ਕਿਸ ਨੂੰ ਮਿਲਣੇ, ਠੀਕ ਹੈ, ਟ੍ਰੇਨਿੰਗ ਬਾਰੇ ਸਾਰਾ ਕੁਛ, ਪੁਲਿਸ ਸਟੇਸ਼ਨ ਦੇ ਬਾਰੇ ਕੀ ਰੂਲ ਹੈ, ਪੁਲਿਸ ਸਟੇਸ਼ਨ ਦੇ ਵਿੱਚ ਕਿਹੜੇ ਰਜਿਸਟਰ ਹੁੰਦੇ ਹੈਗੇ, ਠੀਕ ਹੈ, ਇਨਵੈਸਟੀਗੇਸ਼ਨ, ਕਿਸ ਨੂੰ ਅਰੈਸਟ ਕੀਤਾ ਤਾਂ ਉਹਦੀਆਂ ਕੀ ਜ਼ਰੂਰਤਾਂ ਨੇ, ਠੀਕ ਹੈ, ਸਾਰਾ ਕੁਛ ਜਿਹੜਾ ਹੈਗਾ ਇਹ PPR ਦੇ ਵਿੱਚ ਦੱਸਿਆ ਗਿਆ, ਪੰਜਾਬ ਪੁਲਿਸ ਰੂਲ ਦੇ ਵਿੱਚ ਸਾਰੇ ਰੂਲ ਨੇ, ਜਿੰਨੇ ਵੀ ਰੂਲ ਨੇ ਪੁਲਿਸ ਮੁਲਾਜ਼ਮ ਨੂੰ ਲੈ ਕੇ, ਠੀਕ ਹੈ, ਵਰਦੀ ਕਿੱਦਾਂ ਪਹਿਨਣੀ ਹੈ, ਕਿਹੜੇ ਰੂਲ ਦੇ ਤਹਿਤ ਤੁਸੀਂ ਭਰਤੀ ਹੋਏ ਪੁਲਿਸ ਦੇ ਵਿੱਚ, ਇਹ ਸਾਰਾ ਕੁਛ ਕੀ ਆਪਣਾ PPR ਦੇ ਵਿੱਚ ਜਿਹੜਾ ਕੀ ਹੈ ਦੱਸਿਆ ਗਿਆ ਹੈਗਾ। ਸੋ ਜਿਹੜੇ ਆਪਣੇ ਮੇਨ ਸਬਜੈਕਟ ਨੇ ਜਿਨ੍ਹਾਂ ਨੇ ਜ਼ਿਲ੍ਹਿਆਂ ਦੇ ਵਿੱਚ ਵੀ ਕੰਮ ਆਉਣਾ ਆਪਣੇ ਲਈ, ਠੀਕ ਹੈ, ਜ਼ਿਲ੍ਹੇ ਦੇ ਵਿੱਚ ਵੀ ਜਿਨ੍ਹਾਂ ਨੇ ਬਹੁਤ ਸਾਧਨਾ, ਉਹ ਇੱਕ ਤਾਂ ਹੋ ਗਿਆ ਆਪਣਾ IPC ਭਾਰਤੀ ਨਿਆਂ ਸੰਹਿਤਾ ਹੋ ਗਿਆ, ਠੀਕ ਹੈ, CRPC ਹੋ ਗਿਆ ਆਪਣਾ, ਅਤੇ ਲੋਕਲ ਐਂਡ ਸਪੈਸ਼ਲ ਲਾਅ ਹੋ ਗਿਆ, ਠੀਕ ਹੈ ਜੀ, ਅਤੇ ਇੱਕ ਹੋ ਗਿਆ ਆਪਣਾ PPR ਪੰਜਾਬ ਪੁਲਿਸ ਰੂਲ, ਠੀਕ ਹੈ। ਜਿਹੜੇ ਇਹ ਆਪਣੇ ਮੇਨ ਸਬਜੈਕਟ ਆ, ਇਹਨਾਂ ਨੂੰ ਕੀ ਹੈਗਾ, ਤੁਸੀਂ ਸਾਰਿਆਂ ਨੇ ਕੀ ਹੈ ਧਿਆਨ ਨਾਲ ਪੜ੍ਹਨਾ ਹੈਗਾ, ਤਾਂ ਕਿ ਇਹਨਾਂ ਦੇ ਵਿੱਚੋਂ ਤੁਸੀਂ ਚੰਗੇ ਨੰਬਰ ਕੀ ਹੈ ਲੈ ਸਕੋ, ਕਿਉਂਕਿ ਜਿਹੜਾ ਕੁਛ ਤੁਸੀਂ ਇੱਥੇ ਯਾਦ ਕਰ ਲਿਆ ਉਹੀ ਤੁਹਾਡਾ ਕੀ ਹੈਗਾ, ਜਾਂ ਤੁਸੀਂ ਥਾਣਿਆਂ ਦੇ ਵਿੱਚ ਲੱਗਣਾ ਜਾਂ ਕਿਤੇ ਵੀ ਲੱਗਣਾ, ਤੁਹਾਡੇ ਕੀ ਇਹ ਕੰਮ ਆਉਣਾ, ਜਾਂ ਅੱਗੇ ਤੁਸੀਂ B1 ਦਾ ਪੇਪਰ ਕਲੀਅਰ ਕਰਨਾ ਹੈਗਾ, ਉਹਦੇ ਵਿੱਚ ਵੀ ਕੀ ਇਹ ਸਾਰਾ ਕੁਛ ਕੀ ਹੈ ਤੁਹਾਡੇ ਕੰਮ ਆਉਣਾ ਹੈਗਾ। ਸੋ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਕੀ ਹੈ ਪਤਾ ਲੱਗ ਗਿਆ ਹੋਗਾ ਵੀ ਜਿਹੜੀ ਟ੍ਰੇਨਿੰਗ ਸੈਂਟਰ ਆ ਉੱਥੇ ਤੁਹਾਨੂੰ ਕਿਹੜੇ ਕਿਹੜੇ ਜਿਹੜੇ ਸਬਜੈਕਟ ਹੈਗੇ ਉਹ ਪੜ੍ਹਾਏ ਜਾਣਗੇ। ਸਾਰੇ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਕੀ ਹੈ ਇਹੀ ਜਿਹੜੇ ਸਬਜੈਕਟ ਹੈ, ਜਿਹੜੇ ਕੋਂਸਟੇਬਲ ਰੈਂਕ ਹੈ, ਠੀਕ ਹੈ, ਉਹਨਾਂ ਨੂੰ ਜਿਹੜੇ ਇਹ ਸਬਜੈਕਟ ਹੈ ਪੜ੍ਹਾਏ ਜਾਂਦੇ, ਚਾਹੇ ਉਹ ਕੋਂਸਟੇਬਲ, ਚਾਹੇ ਡਿਸਟ੍ਰਿਕਟ ਕੈਡਰ ਦਾ, ਚਾਹੇ ਆਰਮ ਕੈਡਰ ਦਾ, ਠੀਕ ਹੈ। ਜਿਹੜੇ ਮੇਨ ਸਬਜੈਕਟ ਆ ਤੁਹਾਨੂੰ ਦੱਸਿਆ ਚਾਰੋਂ ਤਾਂ ਹਰ ਕਿਤੇ ਹੁੰਦੇ ਹੈਗੇ, ਠੀਕ ਹੈ ਜੀ, ਚਾਹੇ ਉਹ ਜੇਲ੍ਹ ਵਾਰਡ ਨੇ, ਜੇਲ੍ਹ ਵਾਰਡ ਦੇ ਵਿੱਚ ਬਸ ਇੱਕ ਜੇਲ੍ਹ ਮੈਨੂਅਲ ਜਿਹੜਾ ਉਹ ਅਲੱਗ ਤੋਂ ਹੁੰਦਾ ਹੈਗਾ, ਬਾਕੀ ਸਬਜੈਕਟ ਸੇਮ ਹੀ ਹੁੰਦੇ ਹੈਗੇ। ਬਾਕੀ ਜਿਹੜਾ IPC ਹੋ ਗਿਆ, CRPC ਹੋ ਗਿਆ, ਠੀਕ ਹੈ, ਲੋਕਲ ਐਂਡ ਸਪੈਸ਼ਲ ਆ, PPR ਹੈ, ਇਹ ਤਾਂ ਸਾਰਿਆਂ ਲਈ ਸੇਮ ਹੈ, ਚਾਹੇ ਕੋਈ ਮਰਜ਼ੀ ਕਿਸੇ ਵੀ ਰੈਂਕ ਦਾ ਹੈਗਾ, ਇਹ ਰੂਲ ਨੇ ਜਿਹੜੇ ਇਹ ਚੇਂਜ ਨਹੀਂ ਹੁੰਦੇ, ਠੀਕ ਹੈ, ਉਹ ਹਰ ਇੱਕ ਦੀ ਟ੍ਰੇਨਿੰਗ 'ਤੇ ਪੜ੍ਹਾਏ ਜਾਂਦੇ ਹੈਗੇ। ਸੋ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਕੀ ਹੈ ਪਤਾ ਲੱਗ ਗਿਆ ਹੋਗਾ ਵੀ ਕਿਹੜੇ ਕਿਹੜੇ ਸਬਜੈਕਟ ਆ ਜਿਹੜੇ ਟ੍ਰੇਨਿੰਗ ਸੈਂਟਰ ਦੇ ਵਿੱਚ ਹੁੰਦੇ ਹੈਗੇ। ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਸੋ ਦੋਸਤੋ, ਬਹੁਤ ਜਲਦੀ ਇੱਕ ਹੋਰ ਵੀਡੀਓ ਲੈ ਕੇ ਮਿਲਾਂਗੇ, ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।